ਇਕੱਲਾ ਇੱਕਾ ਹੋ ਗਿਆ। ਸਿਰਫ ਇਹ ਜਿਹੜੀ ਲੜਾਈ ਆ ਇਕੱਲੀ ਪੰਜਾਬ ਤੋਂ ਸ਼ੁਰੂ ਹੋਈ ਸੀ, ਹਰਿਆਣਾ ਛੋਟਾ ਭਰਾ ਬਣ ਕੇ ਨਾਲ ਜੁੜਿਆ ਅਤੇ ਅੱਜ ਜਿਨ੍ਹਾਂ ਨਾਲ ਜਿਨ੍ਹਾਂ ਕਿਸਾਨਾਂ ਨਾਲ ਧੱਕੇ ਹੋਏ ਨੇ ਅੱਜ ਉਹ ਸਾਰੇ ਆਪਣੇ ਆਪਣੇ ਏਰੀਏ 'ਚੋਂ ਆ ਰਹੇ ਨੇ। ਔਰ ਗਾਜ਼ੀਆਬਾਦ ਸਾਈਡ 'ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜ਼ਰੂਰ ਵੀ ਉੱਧਰ ਵੀ ਥੋੜ੍ਹਾ ਧਿਆਨ ਦਿਓ ਜੀ ਸਾਰੇ ਜਣੇ, ਕਿਉਂਕਿ ਜਿਹੜਾ ਮਾੜਾ ਬੰਦਾ ਉਹ 'ਤੇ ਧੱਕਾ ਹੱਲੇ ਵੀ ਸਰਕਾਰ ਕਰ ਰਹੀ ਹੈ। ਇੱਥੇ ਪੰਜਾਬੀ ਬੈਠੇ ਨੇ, ਹਰਿਆਣੇ ਵਾਲੇ ਬੈਠੇ ਨੇ, ਇਹ ਧੱਕਾ ਹੋਣ ਨਹੀਂ ਦਿੰਦੇ। ਸੋ ਸਾਰਿਆਂ ਨੂੰ ਬੇਨਤੀ ਆ, ਖਾਸ ਕਰਕੇ ਯੂਥ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਬੂਤ ਕਰਤਾ ਵੀ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ ਹੋਇਆ। ਜਵਾਨੀ ਬੁੱਕਦੀ ਆ ਇੱਥੇ, ਅਤੇ ਇਹ ਸਿਰਫ ਇੱਥੇ ਨਹੀਂ ਸਾਰੇ ਇੰਡੀਆ ਨਹੀਂ ਪੂਰੇ ਵਰਲਡ ਨੂੰ ਪਤਾ ਲੱਗ ਗਿਆ, ਕਿਉਂਕਿ ਇਹ ਵਰਲਡ ਦਾ ਸਭ ਤੋਂ ਵੱਡਾ ਪ੍ਰੋਟੈਸਟ ਪੀਸਫੁੱਲੀ ਹੋ ਰਿਹਾ। ਜੋਸ਼ ਵੀ ਆ ਅਤੇ ਹੋਸ਼ ਵੀ ਬਹੁਤ ਹੈ। ਸੋ ਮੇਰੀ ਇਹੀ ਬੇਨਤੀ ਆ ਸਾਰੇ ਜਿਹੜੇ ਯੰਗਸਟਰਸ ਨੇ ਵੀ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਬਦਨਾਮੀ ਹੋਵੇ, ਕਿਉਂਕਿ ਇਹ ਹੁਣ ਇੱਕ ਲੋਕਤੰਤਰ ਆਵਾਜ਼ ਬਣ ਚੁੱਕੀ ਆ। ਔਰ ਮੈਂ ਥੋੜ੍ਹਾ ਜਿਹਾ ਇੰਗਲਿਸ਼ 'ਚ ਵੀ ਬੋਲੂੰਗਾ, ਕਿਉਂਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਆ ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਨੇ ਸਾਥ ਦਿੱਤਾ, ਸਿਰਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜਾ ਉਹ ਨਹੀਂ ਸਾਥ ਦੇ ਰਿਹਾ, ਬਾਕੀ ਸਾਰੇ ਸਾਥ ਦੇ ਰਹੇ ਨੇ। ਸੋ ਆਈ ਡੂ ਵਾਂਟ ਥੈਂਕ ਆਲ ਦ ਵਰਲਡ ਮੀਡੀਆ ਫੋਰ ਸਟੈਂਡਿੰਗ ਵਿਦ ਦ ਫਾਰਮਰਸ ਆਫ ਦਿਸ ਦ ਬਿਗੈਸਟ ਪੀਸਫੁਲ ਪ੍ਰੋਟੈਸਟ ਇਨ ਦ ਵਰਲਡ। ਯੂ ਨੋ ਆਈ ਥਿੰਕ ਦ ਹੋਲ ਵਰਲਡ ਇਜ਼ ਵਾਚਿੰਗ ਅਸ। ਸੋ ਆਈ ਵਾਂਟ ਟੂ ਸੇ ਥੈਂਕਸ ਟੂ ਆਲ ਦ ਮੀਡੀਆ ਅਰਾਊਂਡ ਦ ਵਰਲਡ। ਆਈ ਵਾਂਟ ਟੂ ਥੈਂਕਸ ਆਲ ਦ MPs, MLAs, ਆਲ ਦ ਪ੍ਰਾਈਮ ਮਿਨਿਸਟਰਸ ਆਫ each country. My heart goes to them. Thank you for standing with India. Thank you for standing with Kisan Mazdoor Ekta Jindabad. Thank you so much. Te malik isi tarah chadhdi kala de vich rakhe aur chadhdi kala naal hi rakhna apa kam. Ik meri hath jod ke saryan nu benti aa bhai discipline main inna kade nahi dekhya, kyunki roz assi Canada de vich main hune aaya hi aa, thoda time hoya, lekin jehdiyan videos dekh ke sadiyan buzurg matawan bacche ਇੱਥੇ ਛੋਟੇ ਛੋਟੇ ਬੈਠੇ ਨੇ ਅਤੇ ਉਹਨਾਂ ਨੂੰ ਜਾਂ ਵੀਡੀਓ ਦੇਖ ਕੇ ਰੋਣਾ ਨਿਕਲਦਾ ਬੰਦੇ ਦਾ, ਹੈ ਨਾ। ਅਤੇ ਮੈਨੂੰ ਹੱਲੇ ਵੀ ਸਮਝ ਨਹੀਂ ਆ ਰਹੀ ਵੀ ਸਰਕਾਰ ਦੇ ਹੱਲੇ ਵੀ ਨਹੀਂ ਮੰਨਦੇ, ਅਤੇ ਪਰ ਮੰਨਣਾ ਚਾਹੀਦਾ। ਸੋ ਆਈ ਡੂ ਵਾਂਟ ਟੂ ਰਿਕੁਐਸਟ, ਹਾਂਜੀ ਬਿਲਕੁਲ ਹੰਬਲ ਰਿਕੁਐਸਟ ਹੈ ਜੀ ਮੇਰੀ ਸਾਰਿਆਂ ਨੂੰ ਵੀ ਇਸੇ ਤਰ੍ਹਾਂ ਕੰਮ ਖਿੱਚ ਕੇ ਰੱਖਣਾ, ਕਿਉਂਕਿ ਵੈਸੇ ਵੀ ਸਾਹਿਬਜ਼ਾਦਿਆਂ ਦੇ ਇਹ ਦਿਨ ਹੈ, ਤੁਸੀਂ ਜਾਣਦੇ ਹੋ, ਠੀਕ ਹੈ ਨਾ। ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੀ ਕੌਮ ਦੀ ਖਾਤਰ, ਹਿੰਦੁਸਤਾਨ ਦੀ ਖਾਤਰ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਆਪਣੀ ਖਾਤਰ ਨਹੀਂ ਦਿੱਤੀਆਂ। ਇਹ ਮੋਰਚਾ ਜਿੱਤ ਕੇ ਜਾਵਾਂਗੇ, ਮਾਲਕ ਬਸ ਇਸੇ ਤਰ੍ਹਾਂ ਕਿਰਪਾ ਰੱਖੇ ਜੀ। ਮੈਂ ਸਾਰੇ ਮੀਡੀਆ ਦਾ ਵੀ ਸ਼ੁਕਰਾਨਾ ਕਰਦਾ, ਸਾਰੇ ਕਲਾਕਾਰਾਂ ਦਾ ਸ਼ੁਕਰਾਨਾ ਕਰਦਾ ਜਿਹੜੇ ਇੱਥੇ ਆ ਰਹੇ ਨੇ, ਰੋਜ਼ ਡਟੇ ਹੋਏ ਨੇ ਆਪਣੇ ਕੰਮ ਕਾਰ ਛੱਡ ਕੇ, ਬਸ ਇਸੇ ਤਰ੍ਹਾਂ ਕੰਮ ਖਿੱਚ ਕੇ ਰੱਖਿਓ ਜੀ। ਮੈਨੂੰ ਕਹਿੰਦੇ ਆ ਵੀ ਚੰਦ ਲਾਈਨਾਂ ਜ਼ਰੂਰ ਸੁਣਾਉਣੀਆਂ, ਸੋ ਵਰਿੰਦਰ ਸੇਮੇ ਦਾ ਲਿਖਿਆ ਹੋਇਆ ਮੈਂ ਤੁਹਾਡੀ ਚੰਦ ਲਾਈਨਾਂ ਜ਼ਰੂਰ ਸੁਣਾਉਂਦਾ। ਉਹ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਆਉਣ ਤੱਕ ਚੁੱਪ ਕਰੇ ਹੋਏ ਆ। ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਏ ਆ, ਸਮਾਂ ਆਉਣ ਤੱਕ ਚੁੱਪ ਕਰੇ ਹੋਏ ਆ। ਉਹ ਤਖਤ ਪਲਟਣੇ ਨੂੰ ਚਿਰ ਵੀ ਨਾ ਲੱਗੇ, ਇੱਥੇ ਰੁਲ ਗਈਆਂ ਵੱਡੀਆਂ ਰਿਆਸਤਾਂ। ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ, ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾਂ। ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ, ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾਂ। ਉਹ ਸਾਰੇ ਹੀ ਜਾਣਦਾ ਜੋ ਭਰਦਾ ਏ ਢਿੱਡ, ਅੱਜ ਸੜਕਾਂ ਤੇ ਅੰਨਦਾਤਾ ਰੋਲਤਾ। ਮੀਡੀਆ ਵੀ ਕਰਦਾ ਨਾ ਗੱਲ ਪੱਖ ਦੀ ਨਿਕਾ ਤੋਂ, ਦਿੱਲੀ ਏ ਸਾਡੇ ਲਈ ਜ਼ਹਿਰ ਘੋਲਤਾ। ਜੱਟਾਂ ਨੂੰ ਤੁਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ, ਜੱਟਾਂ ਨੂੰ ਤੁਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ, ਕਿੱਥੇ ਕਰੇਗੀ ਸਵੇਰੇ ਉੱਠ ਨਾਸ਼ਤਾ। ਥੈਂਕ ਯੂ ਸੋ ਮੱਚ ਜੀ। ਦੇਖਦੇ ਹੋ ਤੁਸੀਂ ਗੁਰੂ ਕੇ ਲੰਗਰ ਕਿੱਦਾਂ ਲੱਗੇ ਹੋਏ ਨੇ। ਇਹ ਸਿਰਫ ਸਾਡੀ ਕੌਮ ਨੂੰ ਇਹ ਹਾਜ਼ਰੀ ਹੋਈ ਆ, ਚਾਹੇ ਇੰਗਲੈਂਡ ਹੋਵੇ, ਅਮਰੀਕਾ ਹੋਵੇ, ਜਰਮਨੀ ਹੋਵੇ, ਅਫਰੀਕਾ ਹੋਵੇ, ਸਾਰੇ ਪਾਸੇ ਹੀ ਬਸ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਿਓ। ਔਰ ਮੇਰੀ ਨੌਜਵਾਨਾਂ ਨੂੰ ਫੇਰ ਹੰਬਲ ਰਿਕੁਐਸਟ ਆ, ਬਸ ਇਸੇ ਤਰ੍ਹਾਂ ਖਿੱਚ ਕੇ ਰੱਖਿਓ। ਜਿਹੜੀ ਸਰਕਾਰ ਹੱਲੇ ਵੀ ਜਿਹੜਾ ਗੋਦੀ ਵੀ ਮੀਡੀਆ ਕਹਿੰਦਾ ਨਾ ਵੀ ਨਸ਼ਿਆਂ 'ਚ ਡੁੱਬੇ ਹੋਏ ਨੇ, ਇੱਥੇ ਦੇਖੋ ਸਵੇਰੇ ਡੰਡ ਮਾਰਦੇ ਨੇ 80-80 ਸਾਲ ਵਾਲੇ ਬਜ਼ੁਰਗ, ਮੁੰਡਿਆਂ ਨੇ ਤਾਂ ਮਾਰਨੇ ਆ। ਸੋ ਇਸੇ ਤਰ੍ਹਾਂ ਖਿੱਚ ਕੇ ਰੱਖਿਓ। ਮੈਂ ਸ਼ੁਕਰਗੁਜ਼ਾਰ ਹਾਂ ਸਾਰੀ ਪ੍ਰਬੰਧਕ ਕਮੇਟੀ ਦਾ, ਜਿੰਨੇ ਵੀ ਤੁਸੀਂ ਸੇਵਾ ਕਰ ਰਹੇ ਹੋ, ਔਰ ਮੀਡੀਆ ਜਿੰਨਾ ਪੰਜਾਬ ਦਾ ਮੀਡੀਆ
सदके जाइए थोड़े कई ने तो अपन जॉबा छड़ती कहते जॉबा बाद देखा असी किसाना दे नाल खड़े हाँ। सो मैं बहुत शुक्रगुजार हाँ इन्हों मीडिया का और जो गोदी मीडिया जिनी मर्जी ट्राई कर लो हूँ तो जट ट्रैक्टर टू ट्विटर से आ गए हैं ना हम नहीं हटते। सो शुक्रगुजार हाँ थैंक यू सो मच जी बोले।